ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅੱਜ ਵੰਗਾਰਿਆ ਹੈ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਬੇਅਦਬੀ ਮਾਮਲਿਆਂ 'ਤੇ ਬਰਗਾੜੀ ਧਰਨਾ ਲਾਵੇ, ਮੈਂ ਉਸਦੇ ਨਾਲ ਜਾਵਾਂਗਾ। ਉਹਨਾਂ ਸਵਾਲ ਕੀਤਾ ਹੈ ਕਿ ਸੁਖਬੀਰ ਬਾਦਲ ਅਸਲੀ ਮੁੱਦੇ 'ਤੇ ਧਰਨਾ ਕਿਉਂ ਨਹੀਂ ਲਾਉਂਦੇ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਕੇਂਦਰ ਵਿੱਚ ਸਰਕਾਰ ਹੈ, ਫਿਰ ਧਰਨਾ ਕਿਸ ਖਿਲਾਫ਼ ਲਾਇਆ ਜਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਇਹ ਮੰਨੇ ਕਿ ਟਕਸਾਲੀ ਅਕਾਲੀਆਂ ਨੇ ਉਸ ਨੂੰ ਘਰੋਂ ਬਾਹਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਦੇ ਸਾਹਮਣੇ ਸੁਖਬੀਰ ਬੋਣਾ ਹੈ। ਉਹਨਾਂ ਕਿਹਾ ਕਿ ਕਿਸੇ ਟਕਸਾਲੀ ਲੀਡਰ ਨੂੰ ਅਕਾਲੀ ਦਲ ਨਾਲ ਰੋਸ ਨਹੀਂ, ਸਗੋਂ ਮੁਸ਼ਕਲ ਜੀਜਾ ਸਾਲਾ ਨਾਲ ਹੈ। ਦੋ ਸਰਕਾਰਾਂ ਦੇ ਵਿੱਚ ਤੁਸੀਂ ਮੰਤਰੀ ਸੀ, ਸਰਦਾਰ ਸੁਖਬੀਰ ਸਿੰਘ ਬਾਦਲ 99 ਵਾਲੀ ਸਰਕਾਰ 'ਚ ਤੂੰ ਮੰਤਰੀ ਸੀ ਤੇ ਹੁਣ ਤੇਰੀ ਘਰ ਵਾਲੀ ਮੰਤਰੀ ਹੈ। ਤੁਸੀਂ ਕੰਡੀਸ਼ਨ ਕਿਉਂ ਨਾ ਰੱਖੀ ਉੱਥੇ ਵੀ ਭਾਈ 84 ਦੇ ਜਦੋਂ ਦੰਗਿਆਂ ਦੀ ਗੱਲ ਆਊਗੀ ਅਸੀਂ ਤੁਹਾਡੀ ਸਰਕਾਰ ਛੱਡਾਂਗੇ, ਨਹੀਂ ਤੇ ਤੁਸੀਂ 84 ਦਾ ਇਨਸਾਫ ਦਵਾਓ। ਤੇ ਇਹੀ ਨਵੰਬਰ ਦੇ ਮਹੀਨੇ ਸੀ ਸਰਦਾਰ ਸੁਖਬੀਰ ਸਿੰਘ ਬਾਦਲਾ, ਇਹੀ ਨਵੰਬਰ ਦੇ ਮਹੀਨੇ ਸੀ ਤੂੰ ਐਕਟਰਸਾਂ ਬੁਲਾਉਂਦਾ ਹੁੰਦਾ, ਉਹ ਤੈਨੂੰ 84 ਯਾਦ ਨਾ ਆਇਆ ਓਏ। ਤੂੰ ਕਬੱਡੀ ਮੈਚ ਕਰਾਉਂਦਾ ਹੁੰਦਾ ਉਦੋਂ ਧਰਨਾ ਦਿੱਤਾ, ਤੇ ਅੱਜ ਸਰਕਾਰ ਤੇਰੀ ਸੈਂਟਰ 'ਚ, ਤੇ ਪੁਲਿਸ ਤੇਰੀ, ਕੈਬਨਿਟ ਮੰਤਰੀ ਤੇਰੀ ਘਰ ਵਾਲੀ, ਤੇ ਧਰਨੇ ਕਿਹਨੂੰ ਦੇਣਾ, ਫੜਦਾ ਤੈਨੂੰ ਕੌਣ ਹੈ? ਇਹਦਾ ਜਵਾਬ ਦੇ। ਇਹ ਛੋਟੀਆਂ ਮੋਟੀਆਂ ਗੱਲਾਂ ਨੇ, ਇਹ ਬਹੁਤ ਵੱਡੀਆਂ ਗੱਲਾਂ ਨੇ। ਤੈਂ ਸੇਖਵਾਂ ਸਾਹਿਬ ਨੂੰ ਕੱਢਤਾ ਪਾਰਟੀ 'ਚੋਂ, ਕਿੰਨੇ ਕੁ ਕੱਢੇਗਾ? ਕੱਲ੍ਹ ਝੱਗਾ ਝੱਕਦਾ ਬ੍ਰਹਮਪੁਰਾ ਸਾਹਿਬ ਨੇ ਔਰ ਟਕਾ ਕੇ ਕੱਢੀ ਤੈਨੂੰ ਗਾਲ, ਸਾਰੀ ਦੁਨੀਆ ਨੇ ਸੁਣੀ। ਡਾਕਟਰ ਡੈਂਗ ਦੇ ਥੱਪੜ ਨਾਲੋਂ ਜ਼ਿਆਦਾ ਜ਼ੋਰ ਦੀ ਵੱਜਿਆ ਉਹ, ਅਤੇ ਜੇ ਦਮ ਹੈ ਦੇ, ਤੂੰ ਫੜ ਕੇ ਕਹਿੰਦਾ ਨਾ ਵਿਧਾਨ ਸਭਾ 'ਚ ਕਿ ਜੇ ਹਿੰਮਤ ਹੈ ਮੈਨੂੰ ਫੜਕਦਾ ਤਾਂ ਦੇ ਜਵਾਬ। ਚੱਲ ਉਹ ਕੀ ਕਹਿੰਦਾ ਕਿ ਤੂੰ ਮਾਂ ਦੇ ਗਰਭ 'ਚ ਨਹੀਂ ਸੀ ਆਇਆ ਜਦੋਂ ਮੈਂ ਜੇਲ੍ਹਾਂ ਕਰਦਾ ਹੁੰਦਾ ਸੀ, ਅਤੇ ਦੇ ਉਹਨੂੰ ਜਵਾਬ ਅਤੇ ਕੱਢ ਉਹਨੂੰ। ਸਰਦਾਰ ਬ੍ਰਹਮਪੁਰੇ ਦਾ ਕੱਦ ਦੇਖ, ਤੂੰ ਬਾਉਣਾ ਹੈ ਬਾਉਣਾ, ਸਰਦਾਰ ਬ੍ਰਹਮਪੁਰੇ ਦੇ ਅੱਗੇ, ਢੀਂਡਸਾ ਸਾਹਿਬ ਦੇ ਅੱਗੇ ਤੂੰ ਬਾਉਣਾ ਹੈ, ਬਾਉਣਾ ਫੇਰ ਬਾਉਣਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ, ਚਾਹੇ ਪਰਬਤ ਦੇ ਸ਼ਿਖਰ ਦੇ ਉੱਤੇ ਖੜਾ ਹੋਵੇ ਅਤੇ ਦੇਵਤਾ ਫੇਰ ਦੇਵਤਾ ਹੈ, ਚਾਹੇ ਖੂਹ ਦੀ ਗਹਿਰਾਈ ਦੇ ਵਿੱਚ ਖੜਾ ਹੋਵੇ। ਕਹਿ ਧਿਆਨ ਵੰਡਦਾ, ਪਤਲੀ ਗਲੀ 'ਚੋਂ ਨਿਕਲਣਾ ਚਾਹੁੰਦਾ ਹੈ ਜਾਂ ਫਿਰ ਉਹ ਸੀਟੀ ਮਾਰਦਾ ਹੈ ਜਿਹੜਾ ਜਵਾਕ ਮਾਰਦਾ ਹੁੰਦਾ ਜਦੋਂ ਹਨੇਰੀ ਗਲੀ 'ਚੋਂ ਨਿਕਲਦਾ, ਧੁੜਕੂ ਧੁੜਕੂ ਹੁੰਦੀ ਹੈ। ਹੋਇਆ ਕੀ ਹੈ ਮਿੱਤਰਾ, ਮੈਦਾਨ 'ਚ ਖੜ, ਚੱਲ ਚੱਲੀਏ ਧਰਨਾ ਦੇਣ ਬਰਗਾੜੀ, ਮੈਂ ਤੇਰੇ ਨਾਲ ਬੈਠੂ। ਇਹ ਧਿਆਨ ਵਡਾਉਂਦੇ ਆ, ਜੇ ਇਹਨਾਂ ਨੂੰ ਧਰਨਿਆਂ ਦਾ ਇੰਨਾ ਸ਼ੌਕ ਸੀ ਤਾਂ ਜਦੋਂ ਇਹਨਾਂ ਦੀ ਸਰਕਾਰ ਸੀ, ਮੈਂ ਤੁਹਾਨੂੰ 10-20 ਐਗਜ਼ਾਮਪਲ ਦੇ ਦਿੰਦਾ, 10-20 ਇੰਸਪੈਕਟਰ ਸ਼ਰਿਆਮ ਮਾਰਿਆ, ਆਪਦੀ ਧੀ ਦੀ ਆਬਰੂ ਬਚਾਉਣ ਆਇਆ ਸੀ ਉਹ, ਨਾਰੇ ਕਿੰਨੇ ਲਾਏ, ਉੱਥੇ ਨੇ ਦਿੱਤਾ ਧਰਨਾ, ਡੋਡਾ ਕਾਂਡ ਹੋਇਆ ਉੱਥੇ ਨੇ ਦਿੱਤਾ ਧਰਨਾ, ਸੰਤਾਂ ਦੇ ਉੱਤੇ ਛਬੀਲ ਦੇ ਪਿੱਛੇ ਖੜ ਕੇ ਗੋਲੀਆਂ ਚੱਲੀਆਂ ਉੱਥੇ ਨੇ ਦਿੱਤਾ ਧਰਨਾ, ਨਾਮਧਾਰੀ ਸਮੁਦਾਇ ਦੀ ਬਜ਼ੁਰਗ ਮਾਤਾ ਮਾਰਤੀ ਉੱਥੇ ਨੇ ਦਿੱਤਾ ਧਰਨਾ,
ਲੋਕਤੰਤਰ ਕਾਹਦਾ ਸੀ? ਡੰਡਾ ਤੰਤਰ ਸੀ, ਡੰਡਾ ਤੰਤਰ। ਡੰਡਾ ਤੰਤਰ ਕਾਹਦਾ ਸੀ? ਗੁੰਡਾ ਤੰਤਰ। ਭੁੱਲ ਗਿਆ? ਬਿਊਰੋ ਰਿਪੋਰਟ, ਪੰਜਾਬ ਟੂਡੇ।